ਅਜੀ ਕੱਲ੍ਹ ਨਾਕਾਬੰਦੀ ਦੌਰਾਨ ਰਾਤ ਨੂੰ ਨਾਕਾ ਲੱਗਾ ਹੈ ਸਾਡੇ ਕੇ ਟੀ ਓਸ ਗੱਡੀ ਸ਼ੱਕ ਦੇ ਦਬਨਾ 'ਤੇ ਰੋਕੀ ਗਈ ਅਤੇ ਉਹਦੀ ਜਦੋਂ ਚੈਕਿੰਗ ਕੀਤੀ ਗਈ ਇੱਕ ਲੇਡੀਜ਼ ਅਤੇ ਇੱਕ ਮੁੰਡਾ ਸੀਗਾ ਬਲਜੀਤ ਕੌਰ ਅਤੇ ਉਹਦਾ ਬੇਟਾ ਸੀਗਾ ਅਰੁਣ ਗੋਰੂ ਜਿਹਨਾਂ ਨੂੰ ਫੜਿਆ ਗਿਆ ਚੈਕਿੰਗ ਕੀਤੀ ਗਈ ਅਤੇ ਉਹਨਾਂ ਕੋਲ 60 ਗ੍ਰਾਮ ਹੈਰੋਇਨ ਸਾਨੂੰ ਰਿਕਵਰ ਹੋਈ ਹੈ ਜੀ ਮੁੰਡਿਆਂ ਦਾ ਬੇਸਿਕਲੀ ਟੈਕਸੀ ਚਲਾਉਂਦਾ ਜੀ ਨਾਲ ਐਵੀ ਹੈਰੋਇਨ ਦਾ ਵੀ ਕੰਮ ਕਰਦੇ ਜੋ ਪਤਾ ਲੱਗਾ ਸਾਨੂੰ 60 ਗ੍ਰਾਮ ਹੈਰੋਇਨ ਇਹਨਾਂ ਨੂੰ ਰਿਕਵਰ ਹੋਈ ਹੋਣੀ ਚਾਹੀਦੀ ਆ ਕਿ ਕਿੱਥੋਂ ਲੈ ਕੇ ਆਉਂਦੇ ਆ ਕਿੱਥੇ ਵੇਚ ਦਿਓ ਸਾਰਾ ਤਫਤੀਸ਼ ਆਪਾਂ ਲੈ ਕੇ ਆਵਾਂਗੇ ਅਜੀ ਕੱਲ੍ਹ ਨਾਕਾਬੰਦੀ ਦੌਰਾਨ ਰਾਤ ਨੂੰ ਨਾਕਾ ਲੱਗਾ ਹੈ ਸਾਡੇ ਕੇ ਟੀ ਓਸ ਗੱਡੀ ਸ਼ੱਕ ਦੇ ਦਬਨਾ 'ਤੇ ਰੋਕੀ ਗਈ ਅਤੇ ਉਹਦੀ ਜਦੋਂ ਚੈਕਿੰਗ ਕੀਤੀ ਗਈ ਇੱਕ ਲੇਡੀਜ਼ ਅਤੇ ਇੱਕ ਮੁੰਡਾ ਸੀਗਾ ਬਲਜੀਤ ਕੌਰ ਅਤੇ ਉਹਦਾ ਬੇਟਾ ਸੀਗਾ ਅਰੁਣ ਗੋਰੂ ਜਿਹਨਾਂ ਨੂੰ ਫੜਿਆ ਗਿਆ ਚੈਕਿੰਗ ਕੀਤੀ ਗਈ ਅਤੇ ਉਹਨਾਂ ਕੋਲ 60 ਗ੍ਰਾਮ ਹੈਰੋਇਨ ਸਾਨੂੰ ਰਿਕਵਰ ਹੋਈ ਹੈ ਜੀ ਮੁੰਡਿਆਂ ਦਾ ਬੇਸਿਕਲੀ ਟੈਕਸੀ ਚਲਾਉਂਦਾ ਜੀ ਨਾਲ ਐਵੀ ਹੈਰੋਇਨ ਦਾ ਵੀ ਕੰਮ ਕਰਦੇ ਜੋ ਪਤਾ ਲੱਗਾ ਸਾਨੂੰ 60 ਗ੍ਰਾਮ ਹੀਰੋਇਨ ਇਹਨਾਂ ਨੂੰ ਰਿਕਵਰ ਹੋਈ ਹੋਣੀ ਚਾਹੀਦੀ ਆ ਕਿ ਕਿੱਥੋਂ ਲੈ ਕੇ ਆਉਂਦੇ ਆ ਕਿੱਥੇ ਵੇਚ ਦਿਓ ਸਾਰਾ ਤਫਤੀਸ਼ ਆਪਾਂ ਲੈ ਕੇ ਆਵਾਂਗੇ ਮਾਂ ਮੇਨ ਹੈ ਜੀ ਮੇਨ ਕੰਮ ਮਾਂ ਹੀ ਕਰਦੀ ਇਹਦੀ ਜਿਹੜੀ ਮਦਰ ਹੈਗੀ ਬਲਜੀਤ ਕੌਰ ਉਹ ਕਰਦੀ ਹੈ ਅਤੇ ਪਹਿਲਾਂ ਵੀ ਪਰਚਾ ਦਰਜ ਹੈਗਾ ਆ ਆਪਣੇ ਜਾਲੀ ਕਰੰਸੀ ਦਾ ਪਠਾਨਕੋਟ ਦੇ ਵਿੱਚ ਇਹੀ ਹੈ ਜੀ ਆਪਣੇ ਹੈਰੋਇਨ ਦਾ ਕੰਮ ਕਰਦੀ ਹੈ ਹੈਰੋਇਨ ਦੀ ਅਤੇ ਮੁੰਡਾ ਲਾਉਣਾ ਹੋ ਰਿਹਾ ਆਪਣਾ ਮੁੰਡਾ ਖੁਦ ਇਹਦਾ ਸ਼ਾਇਦ ਐਡਿਕਟਿਡ ਹੈਗਾ ਉਹ ਆਪਾਂ ਪਤਾ ਕਰ ਰਹੇ ਅਤੇ ਉਹ ਨਾਲ ਇਹਦੇ ਕਰਦਾ ਸਪਲਾਈ ਕਰਦਾ ਨਾਲ ਕਿੱਥੋਂ ਆ ਰਹੇ ਜੀ ਇਹ ਦੱਸ ਰਹੇ ਸਮਾਨ ਖਰੀਦ ਕੇ ਆ ਰਹੇ ਸੀਗੇ ਜਦੋਂ ਅਤੇ ਉਹ ਅੱਗੇ ਇਹਨਾਂ ਨੇ ਵੇਚਣਾ ਸੀ ਸਰ ਕਿੱਥੇ ਵੇਚਣੀ ਕੁਛ ਇਹਨਾਂ ਦੇ ਅੱਗੇ ਕਸਟਮਰ ਹੁੰਦੇ ਜੀ 5-5 ਗ੍ਰਾਮ 6-6 ਗ੍ਰਾਮ ਵੇਚਦੇ ਅੱਗੇ ਲੋਕਾਂ ਨੂੰ ਇਹ ਖੁਦ ਇਹਨਾਂ ਕੋਲ 60 ਗ੍ਰਾਮ ਲੈ ਕੇ ਆਏ ਹੁੰਦੇ ਸੀ ਮੈਂ ਪਤਾ ਕਰਾਂਗੇ ਤਫਤੀਸ਼ ਵਿੱਚ ਆਏਗਾ ਸਾਰਾ ਕਿੱਥੋਂ ਲੈ ਕੇ ਆਉਂਦੇ ਕਿੰਨੀ ਕੁਆਂਟਿਟੀ ਲੈ ਕੇ ਆਉਂਦੇ ਸਾਰਾ ਅੱਗੇ ਤਫਤੀਸ਼ ਵਿੱਚ ਆਊਗਾ ਹਾਲੇ ਫਿਲਹਾਲ ਰਿਮਾਂਡ 'ਤੇ ਲੈਂਦੇ ਨਾ